ਸਤਿ ਸ਼੍ਰੀ ਅਕਾਲ ਜੀ, ਇੱਕ ਨਵੇਂ ਐਪੀਸੋਡ 'ਚ ਤੁਹਾਡਾ ਸਵਾਗਤ ਹੈ ਮੇਰੇ ਵਲੌਗ ਦੇ। ਔਰ ਐਜ਼ ਯੂਜੁਅਲ ਅਸੀਂ ਆਪਣੇ ਸਟੂਡੀਓ 'ਚ ਹੈਗੇ ਹਾਂ, ਸੰਗੀਤਿਕਾ ਸਟੂਡੀਓ, ਤੁਸੀਂ ਦੇਖ ਸਕਦੇ ਹੋ। ਇਹ ਸਾਡਾ ਸਟੂਡੀਓ ਹੈ ਮੋਹਾਲੀ 'ਚ, ਅਤੇ ਸਾਡੇ ਮਿਊਜ਼ੀਸ਼ੀਅਨ ਆਏ ਹੋਏ ਆ, ਸਾਡੇ ਭਰਾ ਨੇ ਬੰਬੇ ਤੋਂ ਆਏ ਹੋਏ ਆ, ਅਮਰ ਸੰਗਮ ਦਾਸ। ਅਸੀਂ ਕੁਛ ਸਟ੍ਰੋਕ ਸੈਕਸ਼ਨ ਹੁੰਦਾ ਜਿਹਦੇ ਵਿੱਚ ਗਿਟਾਰ ਹੁੰਦੀ ਹੈ, ਮੈਂਡੋਲਿਨ ਹੁੰਦਾ ਹੈ, ਰਬਾਬ ਹੁੰਦਾ ਹੈ, ਟੈਨਰ ਹੁੰਦਾ ਹੈ, ਜਿਹੜੇ ਸਟ੍ਰਿੰਗ ਇੰਸਟਰੂਮੈਂਟਸ ਹੁੰਦੇ ਆ ਇੱਦਾਂ ਪਲੱਕ ਨਾਲ ਵੱਜਣ ਵਾਲੇ, ਉਹਨਾਂ ਨੂੰ ਅਸੀਂ ਸਟ੍ਰੋਕ ਸੈਕਸ਼ਨ ਕਹਿੰਦੇ ਹਾਂ। ਅਤੇ ਉਹ ਅਸੀਂ ਕੁਛ ਰਿਕਾਰਡ ਕਰ ਰਹੇ ਹਾਂ, ਕੁਛ ਗਿਟਾਰ ਦਾ ਪਾਰਟ ਰਿਕਾਰਡ ਕਰ ਰਹੇ ਹਾਂ। ਸੋ ਤੁਹਾਨੂੰ ਅੱਜ ਸਟੂਡੀਓ ਦੇ ਅੰਦਰ ਲੈ ਕੇ ਚੱਲਦੇ ਹਾਂ ਔਰ ਦਿਖਾਉਂਦੇ ਹਾਂ ਕਿ ਕੀ ਕਾਰਵਾਈ ਹੋ ਰਹੀ ਹੈ ਅੰਦਰ। ਸੋ ਆਪਾਂ ਅੰਦਰ ਮਿਲਦੇ ਹਾਂ ਸਟੂਡੀਓ 'ਚ। ਲੈ ਦੱਸੋ, ਮੈਂ ਤੁਹਾਨੂੰ ਗਿਟਾਰ ਦਿਖਾਉਣੀ ਸੀ ਕਿੱਦਾਂ ਵੱਜਦੀ ਹੈ। ਇਹ ਸਾਡੇ ਭਾਈ ਸਾਹਿਬ ਫੋਨ ਤੋਂ ਹੀ ਨਹੀਂ ਵੇਲ, ਇਹਨਾਂ ਨੂੰ ਅਗਲੀ ਬੁਕਿੰਗਸ ਲੈ ਰਹੇ ਹੈ। ਨਹੀਂ ਨਹੀਂ, ਐਡਵਾਂਸ ਕੀ ਕੋਈ ਬਾਤ ਨਹੀਂ ਹੈ, ਬਿਨਾਂ ਐਡਵਾਂਸ ਕੀ ਜਾਤੇ ਨਹੀਂ ਗਈ। ਇੱਕ ਕੰਮ ਕਰਦਾ ਹਾਂ, ਚਲੋ ਇਹਨਾਂ ਨੂੰ ਗੱਲ ਕਰ ਲੈਣ ਦਿਓ, ਤੁਹਾਨੂੰ ਸੈਸ਼ਨ ਦਿਖਾਉਂਦਾ। ਸਿਰਫ ਵਲੌਗ ਮਿਲੇਗਾ, ਬਸ ਆਪ ਕਹੋ ਡਾਲਨਾ ਕਿ ਨਹੀਂ ਡਾਲਨਾ ਇਹ ਬਤਾ ਦੋ।